ਰਾਸਬਾ ਸਿਫਤ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਨਵਜੋਤ ਸਿੰਘ ਸਿੱਧੂ ਬਿਨਾਂ ਕਿਸੇ ਦਾ ਨਾਮ ਲਏ ਸਿੱਧੂ ਨੇ ਕਿਹਾ ਮੈਨੂੰ ਪੰਜਾਬ ਤੋਂ ਦੂਰ ਰਹਿਣ ਦੀ ਦਿੱਤੀ ਗਈ ਸੀ ਹਿਦਾਇਤ ਇਸ ਲਈ ਦਿੱਤਾ ਸੀ ਰਾਸਬਾ ਤੋਂ ਅਸਤੀਫਾ ਅਕਾਲੀ ਦਲ ਨੇ ਕਿਹਾ ਸਿੱਧੂ ਦੇ ਇਲਜ਼ਾਮ ਬੇਬੁਨਿਆਦ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਰਣਨੀਤੀ ਬਾਰੇ ਸਸਪੈਂਸ ਬਰਕਰਾਰ ਬੀਜੇਪੀ ਵਿੱਚ ਰਹਿਣਗੇ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਬੋਲੇ ਪਰ ਬੀਜੇਪੀ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਸਿੱਧੂ ਬੀਜੇਪੀ ਨਾਲ ਹਾਈਕਮਾਂਡ ਕਰੇਗੀ ਫੈਸਲਾ ਕਾਂਗਰਸ ਬੋਲੀ ਸ਼ਸ਼ੋ ਪੰਜ ਵਿੱਚ ਨੇ ਸਿੱਧੂ ਮਲੇਰਕੋਟਲਾ ਬੇਅਦਬੀ ਮਾਮਲੇ 'ਚ ਗ੍ਰਿਫਤਾਰ ਕੀਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਅਦਾਲਤ ਨੇ ਭੇਜਿਆ 2 ਦਿਨਾਂ ਦੀ ਪੁਲਿਸ ਰਿਮਾਂਡ ਤੇ ਪੁਲਿਸ ਨੇ ਕਿਹਾ ਯਾਦਵ ਖਿਲਾਫ ਨੇ ਪੁਖਤਾ ਸਬੂਤ ਆਮ ਆਦਮੀ ਪਾਰਟੀ ਨੇ ਦੱਸਿਆ ਸਿਆਸੀ ਸਾਜ਼ਿਸ਼ ਮੰਗਲਵਾਰ ਨੂੰ ਪੰਜਾਬ ਵਿੱਚ ਪਾਰਟੀ ਦਾ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਐਮਪੀ ਭਗਵੰਤ ਮਾਨ ਦੇ ਵੀਡੀਓ ਤੇ ਲੋਕ ਸਭਾ ਸਪੀਕਰ ਨੇ ਬਣਾਈ 9 ਮੈਂਬਰੀ ਕਮੇਟੀ ਭਗਵੰਤ ਮਾਨ ਨੂੰ ਕੱਲ੍ਹ ਤੱਕ ਮਿਲਿਆ ਆਪਣਾ ਜਵਾਬ ਦੇਣ ਦਾ ਸਮਾਂ ਭਗਵੰਤ ਮਾਨ ਦੀ ਸਦਨ ਦੀ ਕਾਰਵਾਈ ਤੇ ਲੱਗੀ ਰੋਕ ਕਿਰਿਟ ਸੁਮਈਆ ਦੀ ਪ੍ਰਧਾਨਗੀ 'ਚ ਬਣਾਈ ਗਈ ਹੈ ਕਮੇਟੀ 3 ਅਗਸਤ ਤੱਕ ਸੌਂਪੇਗੀ ਆਪਣੀ ਰਿਪੋਰਟ ਭਾਰਤ ਨੇ ਪਾਕਿਸਤਾਨ ਵਿੱਚ ਆਪਣੇ ਸਫੀਰਾਂ ਨੂੰ ਦਿੱਤਾ ਬੱਚਿਆਂ ਨੂੰ ਸਕੂਲ ਨਾ ਭੇਜਣ ਦਾ ਹੁਕਮ ਦੇਸ਼ ਵਾਪਸ ਭੇਜਣ ਦੀ ਸਲਾਹ ਰਾਜਸਥਾਨ ਹਾਈਕੋਰਟ ਨੇ ਸਲਮਾਨ ਖਾਨ ਦੇ ਖਿਲਾਫ 17 ਸਾਲ ਪੁਰਾਣੇ ਹਿਰਨ ਦੇ ਸ਼ਿਕਾਰ ਕੇਸ ਵਿੱਚ ਸਲਮਾਨ ਖਾਨ ਨੂੰ ਬਰੀ ਕਰ ਦਿੱਤਾ ਦੋ ਮਾਮਲਿਆਂ ਵਿੱਚ ਹੇਠਲੀ ਅਦਾਲਤ ਨੇ ਸਲਮਾਨ ਖਾਨ ਨੂੰ 1 ਸਾਲ ਅਤੇ 5 ਸਾਲ ਦੀ ਸੁਣਾਈ ਸੀ ਸਜ਼ਾ ਜਿਸ ਨੂੰ ਸਲਮਾਨ ਖਾਨ ਨੇ ਹਾਈਕੋਰਟ ਵਿੱਚ ਦਿੱਤੀ ਸੀ ਚੁਣੌਤੀ ਪਹਿਲਵਾਨ ਨਰਸਿੰਘ ਸਿੰਘ ਯਾਦਵ ਡੋਪ ਕੇਸ ਤੇ ਪ੍ਰਧਾਨ ਮੰਤਰੀ ਮੋਦੀ ਨੇ ਮੰਗੀ ਰਿਪੋਰਟ ਕੁਸ਼ਤੀ ਸੰਘ ਨੇ ਸੌਂਪੀ ਨਰਸਿੰਘ ਦੀ ਸ਼ਿਕਾਇਤ ਦੀ ਕਾਪੀ ਡੋਪ ਟੈਸਟ ਵਿੱਚ ਫੇਲ ਹੋਏ ਪਹਿਲਵਾਨ ਨਰਸਿੰਘ ਯਾਦਵ ਨੇ ਲਗਾਇਆ ਆਪਣੇ ਖਿਲਾਫ ਸਾਜ਼ਿਸ਼ ਦਾ ਇਲਜ਼ਾਮ ਕਿਹਾ ਕਰਵਾਈ ਜਾਵੇ ਸੀਬੀਆਈ ਜਾਂਚ ਸਿਆਸੀ ਸਾਵਣ ਦਾ ਪਹਿਲਾ ਸੋਮਵਾਰ ਸਵੇਰ ਤੋਂ ਹੀ ਮੰਦਰਾਂ ਦੇ ਵਿੱਚ ਭਗਤਾਂ ਦੀ ਭੀੜ ਲੱਗੀ ਆਈ ਨਜ਼ਰ ਗੂੰਜੇ ਬੰਬ ਬੰਬ ਭੋਲੇ ਦੇ ਜੈਕਾਰੇ